ਰਸੋਈ ਚ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਨੇ ਕੈਂਸਰ ਵਰਗੀ ਬਿਮਾਰੀ ਦਾ ਕਾਰਨ ਜੇਕਰ ਤੁਸੀਂ ਵੀ ਕਰਦੇ ਹੋ ਇਹ ਸਭ ਗਲਤੀਆਂ ਤਾਂ ਹੋ ਜਾਓ ਸਾਵਧਾਨ ਸਸ਼ਕਾਲ ਤੁਸੀਂ ਜੁੜਿਓ ਨੈਕਸ ਪੰਜਾਬ ਦੇ ਨਾਲ ਮੈਂ ਸੋਨੀਆ ਜਦੋਂ ਬਿਮਾਰੀ ਦੀ ਗੱਲ ਆਉਂਦੀ ਹੈ ਤੇ ਉਸ ਦੇ ਵਿੱਚ ਸਭ ਤੋਂ ਪਹਿਲਾ ਚੀਜ਼ ਆ ਦਿਮਾਗ 'ਚ ਆਉਂਦੀ ਹੈ ਨਾ ਕਿ ਆਪਣੀ ਖੁਰਾਕ ਸਹੀ ਕਰ ਲੋ ਕਸਰਤ ਕਰਿਆ ਕਰੋ ਤਾਂ ਜੋ ਤੁਸੀਂ ਬਿਮਾਰੀਆਂ ਤੋਂ ਬਚ ਸਕੋ ਪਰ ਉਥੇ ਸੁਣਨ 'ਚ ਕੁਝ ਅਜੀਬ ਲੱਗੇਗਾ ਪਰ ਘਰ ਘਰ ਦੇ ਵਿੱਚ ਫੈਲੀ ਹੋਈ ਗੰਦਗੀ ਵੀ ਤੁਹਾਡੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਇਹ ਕਿਵੇਂ ਬਣ ਸਕਦੀ ਹੈ ਇਸ ਤੋਂ ਕਿਸ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਲੱਗ ਸਕਦੀਆਂ ਨੇ ਅੱਜ ਇਸ ਦੇ ਬਾਰੇ ਹੀ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਾਨਸਟਿਕ ਕੁੱਕਵੇਅਰ ਦੀ ਅਕਸਰ ਘਰਾਂ ਦੇ ਵਿੱਚ ਅੱਜਕੱਲ ਨਾਨਸਟਿਕ ਕੁੱਕਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਬਰਤਨ ਘਰ ਚ ਲਿਆਏ ਜਾਂਦੇ ਨੇ ਤਾਂ ਜੋ ਅਸੀਂ ਕੋਈ ਚੀਜ਼ ਬਣਾ ਰਿਹਾ ਤੇ ਉਹ ਸਾਡੇ ਪੈਨ ਦੇ ਨਾਲ ਤਵੇ ਦੇ ਨਾਲ ਚਿਪਕੇ ਨਾ ਇਸ ਦੇ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਦੇ ਵਿੱਚ ਇੱਕ ਘਾਤਕ ਰਸਾਇਣ ਪਾਇਆ ਜਾਂਦਾ ਹੈ ਜੋ ਕਿ ਕੈਂਸਰ ਵਰਗੀ ਬਿਮਾਰੀ ਤੁਹਾਨੂੰ ਦੇ ਸਕਦਾ ਜੀ ਹਾਂ ਅਧਿਨੇ ਦੇ ਵਿੱਚ ਸਾਹਮਣੇ ਆਇਆ ਵੀ ਇਸ ਦੇ ਨਾਲ ਕੈਂਸਰ ਵਰਗੀ ਘਾਤਕ ਬਿਮਾਰੀ ਤੁਹਾਨੂੰ ਲੱਗ ਸਕਦੀ ਹੈ ਜਿਸ ਦੇ ਨਾਲ ਤੁਹਾਨੂੰ ਸਰੀਰਕ ਤੌਰ ਤੇ ਬੇहद ਨੁਕਸਾਨ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਜਦੋਂ ਨਾਨ ਸਟਿਕ ਕੁਕਵੇਅਰ ਨੂੰ ਹਾਈ ਟੈਂਪਰੇਚਰ ਦੇ ਉੱਤੇ ਗਰਮ ਕੀਤਾ ਜਾਂਦਾ ਹੈ ਤਾਂ ਇਹ ਜ਼ਹਿਰੀਲੇ ਧੂੰਏ ਨੂੰ ਛੱਡਦਾ ਹੈ ਜੋ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਇਹ ਧੂੰਆਂ ਮਨੁੱਖ ਵਿੱਚ ਫਲੂ ਵਰਗੇ ਲੱਛਣ ਪੈਦਾ ਕਰ ਸਕਦਾ ਹੈ ਕੁਝ ਮਾਮਲਿਆਂ ਵਿੱਚ ਇੱਕ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ ਡੱਬਾ ਬੰਦ ਭੋਜਨ ਕੁਝ ਡੱਬਿਆਂ ਵਿੱਚ ਬਿਸਫੈਨੋਲ ਇਹ ਨਾਦਰ ਰਿਸਾਇਨ ਹੁੰਦਾ ਹੈ ਜੋ ਕੈਂਸਰ ਦਾ ਕਾਰਨ ਪਨ ਸਕਦਾ ਹੈ ਬਿਸਫੈਨੋਲ اے ਡੱਬੇ ਦੀ ਪਰਤ ਰਾਹੀਂ ਭੋਜਨ ਵਿੱਚ ਲੀਕ ਹੁੰਦਾ ਰਹਿੰਦਾ ਹੈ ਖਾਸ ਤੌਰ ਉੱਤੇ ਜਦੋਂ ਡੱਬਾ ਗਰਮ ਕੀਤਾ ਜਾਂਦਾ ਹੈ ਤਾਂ ਤੇਜਾਬ ਵਾਲੀਆਂ ਭੋਜਨ ਚੀਜ਼ਾਂ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਜਿਸ ਦੇ ਨਾਲ ਕੈਂਸਰ ਵਰਗੀ ਬਿਮਾਰੀ ਹੋਣ ਦਾ ਖਤਰਾ ਹੋ ਸਕਦਾ ਹੈ ਰਿਫਾਈਨਡ ਤੇਲ ਰੀਫਾਈਨਡ ਤੇਲ ਦੀ ਰਿਫਾਈਨਿੰਗ ਪ੍ਰਕਿਰਿਆ ਦੌਰਾਨ ਇਸ ਦੇ ਵਿੱਚ ਬਹੁਤ ਸਾਰੇ ਫੈਟੀ ਐਸਿਡ ਨਾਮਕ ਹਾਨੀਕਾਰਕ ਮਿਸ਼ਰਣ ਬਣਦੇ ਨੇ ਇਹਨਾਂ ਮਿਸ਼ਰਣਾਂ ਨੂੰ ਕਾਰਸੀਨੋਜਿਕ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਛਾਤੀ ਦੇ ਕੈਂਸਰ ਕੋਲਨ ਕੈਂਸਰ ਵੱਖ-ਵੱਖ ਕਿਸਮਾਂ ਦੇ ਕੈਂਸਰ ਨਾਲ ਜੋੜਿਆ ਗਿਆ ਹੈ ਪ੍ਰੋਸੈਸਡ ਮੀਟ ਵੀ ਕੈਂਸਰ ਦਾ ਕਾਰਨ ਬਣ ਸਕਦਾ ਹੈ ਖਾਸ ਕਰਕੇ ਕਲੋਰੈਕਟਲ ਕੈਂਸਰ ਤੁਹਾਨੂੰ ਦੱਸਦੀ ਇਹਨਾਂ ਦੀ ਵਰਤੋਂ ਦੁੱਧ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਆ ਜਿਸ ਦਾ ਸੇਵਨ ਕਰਨ ਉਤੇ ਸਰੀਰ ਦੇ ਅੰਦਰ ਹਾਨੀਕਾਰਕ ਮਿਸ਼ਰਣ ਜੋ ਆ ਉਹ ਬਦਲ ਜਾਂਦੇ ਨੇ ਜਿਸ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਇਹ ਵੀ ਇਹ ਜੋ ਵੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਉੱਤੇ ਕਿਸੇ ਵੀ ਮਾਹਰ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਆ ਅਗਰ ਤੁਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਤਾਂ ਇੱਕ ਵਾਰ ਆਪਣੇ ਡਾਕਟਰ ਦੇ ਨਾਲ ਜਾ ਕੇ ਸਲਾਹ ਜ਼ਰੂਰ ਕਰੋ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਨੂੰ ਇਜਾਜ਼ਤ ਤੇ ਜੁੜੇ ਰਹੋ ਨੈਕਸਟ ਪੰਜਾਬ ਦੇ ਨਾਲ ਰਸੋਈ ਚ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਨੇ ਕੈਂਸਰ ਵਰਗੀ ਬਿਮਾਰੀ ਦਾ ਕਾਰਨ ਜੇਕਰ ਤੁਸੀਂ ਵੀ ਕਰਦੇ ਹੋ ਇਹ ਸਭ ਗਲਤੀਆਂ ਤਾਂ ਹੋ ਜਾਓ ਸਾਵਧਾਨ ਸਸ਼ਕਾਲ ਤੁਸੀਂ ਜੁੜਿਓ ਨੈਕਸਟ ਪੰਜਾਬ ਦੇ ਨਾਲ ਮੈਂ ਸੋਨੀਆ ਜਦੋਂ ਬਿਮਾਰੀ ਦੀ ਗੱਲ ਆਉਂਦੀ ਹੈ ਤੇ ਉਸ ਦੇ ਵਿੱਚ ਸਭ ਤੋਂ ਪਹਿਲਾ ਚੀਜ਼ ਆ ਦਿਮਾਗ 'ਚ ਆਉਂਦੀ ਹੈ ਨਾ ਕਿ ਆਪਣੀ ਖੁਰਾਕ ਸਹੀ ਕਰ ਲੋ ਕਸਰਤ ਕਰਿਆ ਕਰੋ ਤਾਂ ਜੋ ਤੁਸੀਂ ਬਿਮਾਰੀਆਂ ਤੋਂ ਬਚ ਸਕੋ ਪਰ ਉਹ ਥੀ ਸੁਣਨ ਚ ਕੁਝ ਅਜੀਬ ਲੱਗੇਗਾ ਪਰ ਘਰ ਘਰ ਦੇ ਵਿੱਚ ਫੈਲੀ ਹੋਈ ਗੰਦਗੀ ਵੀ ਤੁਹਾਡੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਇਹ ਕਿਵੇਂ ਬਣ ਸਕਦੀ ਹੈ ਇਸ ਤੋਂ ਕਿਸ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਲੱਗ ਸਕਦੀਆਂ ਨੇ ਅੱਜ ਇਸ ਦੇ ਬਾਰੇ ਹੀ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਾਨ ਸਟਿਕ ਕੁਕਵੇਅਰ ਦੀ ਅਕਸਰ ਘਰਾਂ ਦੇ ਵਿੱਚ ਅੱਜਕੱਲ ਨਾਨਸਟਿਕ ਕੁੱਕਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਬਰਤਨ ਘਰ ਚ ਲਿਆਏ ਜਾਂਦੇ ਹਨ ਤਾਂ ਜੋ ਅਸੀਂ ਕੋਈ ਚੀਜ਼ ਬਣਾ ਰਿਹਾ ਤੇ ਉਹ ਸਾਡੇ ਪੈਨ ਦੇ ਨਾਲ ਤਵੇ ਦੇ ਨਾਲ ਚਿਪਕੇ ਨਾ ਇਸ ਦੇ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਦੇ ਵਿੱਚ ਇੱਕ ਘਾਤਕ ਰਸਾਇਣ ਪਾਇਆ ਜਾਂਦਾ ਹੈ ਜੋ ਕਿ ਕੈਂਸਰ ਵਰਗੀ ਬਿਮਾਰੀ ਤੁਹਾਨੂੰ ਦੇ ਸਕਦਾ ਹੈ ਜੀ ਹਾਂ ਅਧਿਨੇ ਦੇ ਵਿੱਚ ਸਾਹਮਣੇ ਆਇਆ ਵੀ ਇਸ ਦੇ ਨਾਲ ਕੈਂਸਰ ਵਰਗੀ ਘਾਤਕ ਬਿਮਾਰੀ ਤੁਹਾਨੂੰ ਲੱਗ ਸਕਦੀ ਹੈ ਜਿਸ ਦੇ ਨਾਲ ਤੁਹਾਨੂੰ ਸਰੀਰਕ ਤੌਰ ਤੇ ਬੇहद ਨੁਕਸਾਨ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਜਦੋਂ ਨਾਨ ਸਟਿਕ ਕੁਕਵੇਅਰ ਨੂੰ ਹਾਈ ਟੈਂਪਰੇਚਰ ਦੇ ਉੱਤੇ ਗਰਮ ਕੀਤਾ ਜਾਂਦਾ ਹੈ ਤਾਂ ਇਹ ਜ਼ਹਿਰੀਲੇ ਧੂੰਏ ਨੂੰ ਛੱਡਦਾ ਹੈ ਜੋ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਇਹ ਧੂੰਆਂ ਮਨੁੱਖ ਵਿੱਚ ਫਲੂ ਵਰਗੇ ਲੱਛਣ ਪੈਦਾ ਕਰ ਸਕਦਾ ਹੈ ਕੁਝ ਮਾਮਲਿਆਂ ਵਿੱਚ ਇੱਕ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ ਡੱਬਾ ਬੰਦ ਭੋਜਨ ਕੁਝ ਡੱਬਿਆਂ ਵਿੱਚ ਬਿਸਫੈਨੋਲ A ਨਾਂ ਦਾ ਰਸਾਇਣ ਹੁੰਦਾ ਜੋ ਕੈਂਸਰ ਦਾ ਕਾਰਨ ਪਨ ਸਕਦਾ ਹੈ ਬਿਸਫੈਨੋਲ A ਡੱਬੇ ਦੀ ਪਰਤ ਰਾਹੀਂ ਭੋਜਨ ਵਿੱਚ ਲੀਕ ਹੁੰਦਾ ਰਹਿੰਦਾ ਹੈ ਖਾਸ ਤੌਰ ਉੱਤੇ ਜਦੋਂ ਡੱਬਾ ਗਰਮ ਕੀਤਾ ਜਾਂਦਾ ਹੈ ਤਾਂ ਤੇਜਾਬ ਵਾਲੀਆਂ ਭੋਜਨ ਚੀਜ਼ਾਂ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਜਿਸ ਦੇ ਨਾਲ ਕੈਂਸਰ ਵਰਗੀ ਬਿਮਾਰੀ ਹੋਣ ਦਾ ਖਤਰਾ ਹੋ ਸਕਦਾ ਹੈ ਰਿਫਾਈਨਡ ਤੇਲ ਰਿਫਾਈਨਡ ਤੇਲ ਦੀ ਰਿਫਾਈਨਿੰਗ ਪ੍ਰਕਿਰਿਆ ਦੌਰਾਨ ਇਸ ਦੇ ਵਿੱਚ ਬਹੁਤ ਸਾਰੇ ਫੈਟੀ ਐਸਿਡ ਨਾਮਕ ਹਾਨੀਕਾਰਕ ਮਿਸ਼ਰਣ ਬਣਦੇ ਨੇ ਇਹਨਾਂ ਮਿਸ਼ਰਣਾਂ ਨੂੰ ਕਾਰਸੀਨੋਜਿਕ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਛਾਤੀ ਦੇ ਕੈਂਸਰ ਕੋਲਨ ਕੈਂਸਰ ਵੱਖ-ਵੱਖ ਕਿਸਮਾਂ ਦੇ ਕੈਂਸਰ ਨਾਲ ਜੋੜਿਆ ਗਿਆ ਹੈ ਪ੍ਰੋਸੈਸਡ ਮੀਟ ਵੀ ਕੈਂਸਰ ਦਾ ਕਾਰਨ ਬਣ ਸਕਦਾ ਹੈ ਖਾਸ ਕਰਕੇ ਕਲੋਰੈਕਟਲ ਕੈਂਸਰ ਤੁਹਾਨੂੰ ਦੱਸਦੀ ਇਹਨਾਂ ਦੀ ਵਰਤੋਂ ਦੁੱਧ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਆ ਜਿਸ ਦਾ ਸੇਵਨ ਕਰਨ ਉੱਤੇ ਸਰੀਰ ਦੇ ਅੰਦਰ ਹਾਨੀਕਾਰਕ ਮਿਸ਼ਰਣ ਜੋ ਆ ਉਹ ਬਦਲ ਜਾਂਦੇ ਨੇ ਜਿਸ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਇਹ ਵੀ ਇਹ ਜੋ ਵੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਉੱਤੇ ਕਿਸੇ ਵੀ ਮਾਹਰ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਆ ਅਗਰ ਤੁਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਤਾਂ ਇੱਕ ਵਾਰ ਆਪਣੇ ਡਾਕਟਰ ਦੇ ਨਾਲ ਜਾ ਕੇ ਸਲਾਹ ਜ਼ਰੂਰ ਕਰੋ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਨੂੰ ਇਜਾਜ਼ਤ ਤੇ ਜੁੜੇ ਰਹੋ ਨੈਕਸਟ ਪੰਜਾਬ ਦੇ ਨਾਲ ਰਸੋਈ ਚ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਨੇ ਕੈਂਸਰ ਵਰਗੀ ਬਿਮਾਰੀ ਦਾ ਕਾਰਨ ਜੇਕਰ ਤੁਸੀਂ ਵੀ ਕਰਦੇ ਹੋ ਇਹ ਸਭ ਗਲਤੀਆਂ ਤਾਂ ਹੋ ਜਾਓ ਸਾਵਧਾਨ ਸੱਚੀ ਗੱਲ ਤੁਸੀਂ ਜੁੜਿਓ ਨੈਕਸਟ ਪੰਜਾਬ ਦੇ ਨਾਲ ਮੈਂ ਸੋਨੀਆ ਜਦੋਂ ਬਿਮਾਰੀ ਦੀ ਗੱਲ ਆਉਂਦੀ ਹੈ ਤੇ ਉਸ ਦੇ ਵਿੱਚ ਸਭ ਤੋਂ ਪਹਿਲਾ ਚੀਜ਼ਾ ਦਿਮਾਗ 'ਚ ਆਉਂਦੀ ਹੈ ਨਾ ਕਿ ਆਪਣੀ ਖੁਰਾਕ ਸਹੀ ਕਰ ਲੋ ਕਸਰਤ ਕਰਿਆ ਕਰੋ ਤਾਂ ਜੋ ਤੁਸੀਂ ਬਿਮਾਰੀਆਂ ਤੋਂ ਬਚ ਸਕੋ ਪਰ ਉਥੇ ਸੁਣਨ ਚ ਕੁਝ ਅਜੀਬ ਲੱਗੇਗਾ ਪਰ ਘਰ ਘਰ ਦੇ ਵਿੱਚ ਫੈਲੀ ਹੋਈ ਗੰਦਗੀ ਵੀ ਤੁਹਾਡੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਇਹ ਕਿਵੇਂ ਬਣ ਸਕਦੀ ਹੈ ਇਸ ਤੋਂ ਕਿਸ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਲੱਗ ਸਕਦੀਆਂ ਨੇ ਅੱਜ ਇਸ ਦੇ ਬਾਰੇ ਹੀ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਾਨ ਸਟਿਕ ਕੁਕਵੇਅਰ ਦੀ ਅਕਸਰ ਘਰਾਂ ਦੇ ਵਿੱਚ ਅੱਜਕੱਲ ਨਾਨ ਸਟਿਕ ਕੁੱਕਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਬਰਤਨ ਘਰ ਚ ਲਿਆਏ ਜਾਂਦੇ ਨੇ ਤਾਂ ਜੋ ਅਸੀਂ ਕੋਈ ਚੀਜ਼ ਬਣਾ ਰਿਹਾ ਤੇ ਉਹ ਸਾਡੇ ਪੈਨ ਦੇ ਨਾਲ ਤਵੇ ਦੇ ਨਾਲ ਚਿਪਕੇ ਨਾ ਇਸ ਦੇ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਦੇ ਵਿੱਚ ਇੱਕ ਘਾਤਕ ਰਸਾਇਣ ਪਾਇਆ ਜਾਂਦਾ ਹੈ ਜੋ ਕਿ ਕੈਂਸਰ ਵਰਗੀ ਬਿਮਾਰੀ ਤੁਹਾਨੂੰ ਦੇ ਸਕਦਾ ਹੈ ਜੀ ਹਾਂ ਅਧਿਨੇ ਦੇ ਵਿੱਚ ਸਾਹਮਣੇ ਆਇਆ ਵੀ ਇਸ ਦੇ ਨਾਲ ਕੈਂਸਰ ਵਰਗੀ ਘਾਤਕ ਬਿਮਾਰੀ ਤੁਹਾਨੂੰ ਲੱਗ ਸਕਦੀ ਹੈ ਜਿਸ ਦੇ ਨਾਲ ਤੁਹਾਨੂੰ ਸਰੀਰਕ ਤੌਰ ਤੇ ਬੇहद ਨੁਕਸਾਨ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਜਦੋਂ ਨਾਨ ਸਟਿਕ ਕੁਕਵੇਅਰ ਨੂੰ ਹਾਈ ਟੈਂਪਰੇਚਰ ਦੇ ਉੱਤੇ ਗਰਮ ਕੀਤਾ ਜਾਂਦਾ ਹੈ ਤਾਂ ਇਹ ਜ਼ਹਿਰੀਲੇ ਧੂਏ ਨੂੰ ਛੱਡਦਾ ਹੈ ਜੋ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਇਟੂਆ ਮਨੁੱਖ ਵਿੱਚ ਫਲੂ ਵਰਗੇ ਲੱਛਣ ਪੈਦਾ ਕਰ ਸਕਦਾ ਹੈ ਕੁਝ ਮਾਮਲਿਆਂ ਵਿੱਚ ਇੱਕ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ ਡੱਬਾਬੰਦ ਭੋਜਨ ਕੁਝ ਡੱਬਿਆਂ ਵਿੱਚ ਬਿਸਫੈਨੋਲ ਇਹ ਨਾਦਰ ਸਾਇਨ ਹੁੰਦਾ ਜੋ ਕੈਂਸਰ ਦਾ ਕਾਰਨ ਪਨ ਸਕਦਾ ਬਿਸਫੈਨੋਲ ਏ ਡੱਬੇ ਦੀ ਪਰਤ ਰਾਹੀਂ ਭੋਜਨ ਵਿੱਚ ਲੀਕ ਹੁੰਦਾ ਰਹਿੰਦਾ ਹੈ ਖਾਸ ਤੌਰ ਉਤੇ ਜਦੋਂ ਡੱਬਾ ਗਰਮ ਕੀਤਾ ਜਾਂਦਾ ਹੈ ਤਾਂ ਤੇਜਾਬ ਵਾਲੀਆਂ ਭੋਜਨ ਚੀਜ਼ਾਂ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਜਿਸ ਦੇ ਨਾਲ ਕੈਂਸਰ ਵਰਗੀ ਬਿਮਾਰੀ ਹੋਣ ਦਾ ਖਤਰਾ ਹੋ ਸਕਦਾ ਹੈ ਰਿਫਾਈਨਡ ਤੇਲ ਰੀਫਾਈਨਡ ਤੇਲ ਦੀ ਰਿਫਾਈਨਿੰਗ ਪ੍ਰਕਿਰਿਆ ਦੌਰਾਨ ਇਸ ਦੇ ਵਿੱਚ ਬਹੁਤ ਸਾਰੇ ਫੈਟੀ ਐਸਿਡ ਨਾਮਕ ਹਾਨੀਕਾਰਕ ਮਿਸ਼ਰਣ ਬਣਦੇ ਨੇ ਇਹਨਾਂ ਮਿਸ਼ਰਣਾਂ ਨੂੰ ਕਾਰਸੀਨੋਜਿਕ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਛਾਤੀ ਦੇ ਕੈਂਸਰ ਕੋਲਨ ਕੈਂਸਰ ਵੱਖ-ਵੱਖ ਕਿਸਮਾਂ ਦੇ ਕੈਂਸਰਾਂ ਨਾਲ ਜੋੜਿਆ ਗਿਆ ਹੈ ਪ੍ਰੋਸੈਸਡ ਮੀਟ ਵੀ ਕੈਂਸਰ ਦਾ ਕਾਰਨ ਬਣ ਸਕਦਾ ਹੈ ਖਾਸ ਕਰਕੇ ਕੋਲੋਰੈਕਟਲ ਕੈਂਸਰ ਤੁਹਾਨੂੰ ਦੱਸਦੀ ਇਹਨਾਂ ਦੀ ਵਰਤੋਂ ਦੁੱਧ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਆ ਜਿਸ ਦਾ ਸੇਵਨ ਕਰਨ ਉਤੇ ਸਰੀਰ ਦੇ ਅੰਦਰ ਹਾਨੀਕਾਰਕ ਮਿਸ਼ਰਣ ਜੋ ਆ ਉਹ ਬਦਲ ਜਾਂਦੇ ਨੇ ਜਿਸ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਇਹ ਵੀ ਇਹ ਜੋ ਵੀ ਸਾਰੀ ਜਾਣਕਾਰੀ ਦੀ ਗੀ ਹੈ ਇਸ ਦੇ ਉੱਤੇ ਕਿਸੇ ਵੀ ਮਾਹਰ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਆ ਅਗਰ ਤੁਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਤਾਂ ਇੱਕ ਵਾਰ ਆਪਣੇ ਡਾਕਟਰ ਦੇ ਨਾਲ ਜਾ ਕੇ ਸਲਾਹ ਜ਼ਰੂਰ ਕਰੋ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਤੇ ਜੁੜੇ ਰਹੋ ਨੈਕਸਟ ਪੰਜਾਬ ਦੇ